ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਪੰਜਾਬੀ 뮤직 ਇੰਡਸਟਰੀ ਦਾ ਉਹ ਸਿੰਗਰ ਜਿਸ ਦੀ ਆਪਣੀ ਸੁਰਤ ਤੇ ਪਕੜ ਦੇ ਕਰਕੇ ਉਸ ਦੇ ਫੈਨ ਉਸ ਨੂੰ ਬੇहद ਪਿਆਰ ਕਰਦੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਪੰਜਾਬੀ ਸਿੰਗਰ ਖਾਨ ਸਾਹਿਬ ਦੀ। ਖਾਨ ਸਾਹਿਬ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਖਾਨ ਸਾਹਿਬ ਖਾਸ ਕਰਕੇ ਉਹਨਾਂ ਕੁੜੀਆਂ ਨੂੰ ਟਾਰਗੇਟ ਕਰ ਰਹੇ ਨੇ ਜਿਨ੍ਹਾਂ ਨੂੰ ਆਟਾ ਗੁੰਨਣ ਤੇ ਰੋਟੀ ਬਣਾਉਣੀ ਨਹੀਂ ਆਉਂਦੀ। ਹੋਰ ਕੀ ਕਿਹਾ ਖਾਨ ਸਾਹਿਬ ਨੇ ਇਸ ਵੀਡੀਓ ਦੇ ਵਿੱਚ, ਤੁਸੀਂ ਖੁਦ ਦੇਖੋ। ਲਓ ਜੀ, ਆਪਣਾ ਆਟਾ ਨਰਮ ਹੋ ਚੁੱਕਿਆ ਹੈ, ਮੁੱਕੀ ਹੁੰਦੀ ਹੈ, ਮੈਂ ਇੱਦਾਂ ਮੁੱਕੀ ਦੇਈ ਹੈ। ਜਿਹੜੀਆਂ ਕੁੜੀਆਂ ਨੂੰ ਆਟੋ ਨੇ ਬਣਾਉਣਾ, ਸਿੱਖੋ ਮਾੜਾ ਜਿਹਾ, ਸਾਰੇ ਕੰਮ ਕਰੀਦੇ ਆ, ਆਟਾ ਗੁੰਨੀ ਦਾ, ਰੋਟੀ ਵੀ ਲਾ ਲਈ ਦੀ ਆ। ਮਾਚੀ ਹੋਏ ਹਾਂਜੀ, ਸਾਡੀ ਭਾਬੀ ਨੂੰ ਸੌਂ ਗਈ ਹੈ। ਠੀਕ ਹੈ, ਠੀਕ ਹੈ ਜੀ। ਹਾਂ, ਜਦੋਂ ਤੁਹਾਡੀ ਭਾਬੀ ਦੇ ਚਰਨ ਇੱਥੇ ਘਰ ਦੇ ਵਿੱਚ ਪੈ ਗਿਆ, ਫਿਰ ਉਹਨੂੰ ਸੌਗ ਹੀ ਸੌਗ ਹੈ। ਆਟਾ ਵੀ ਖੁਦ ਖੋਲ ਲੈਂਦਾ, ਰੋਟੀ ਵੀ ਲਾ ਲੈਂਦਾ, ਸਬਜ਼ੀ ਵੀ ਬਣਾ ਲੈਂਦਾ, ਕੰਮ ਨਹੀਂ ਕਰਾਉਣਾ ਵਿਚਾਰੀ ਨੂੰ। ਅਤੇ ਅਗਲੀ ਤੁਹਾਨੂੰ ਸਨੈਪਚੈਟ ਦੇ ਵਿੱਚ ਨਾ ਪ੍ਰੋਪਰ ਪੇੜਾ ਕਰਦੇ ਹਾਂ, ਐਂ ਚੰਗੀ ਤਰ੍ਹਾਂ ਦਿਖਾਵਾਂਗੇ, ਤੁਸੀਂ ਰੋਟੀ ਵੇਲ ਹੁੰਦੀ ਦੇਖੋ। ਮੈਨੂੰ ਲੱਗਦਾ ਇੱਦਾਂ ਦੀ ਗੋਲ ਰੋਟੀ ਕਈ ਕੁੜੀਆਂ ਹੋਈਆਂ ਉਹਨਾਂ ਤੋਂ ਨਹੀਂ ਬਣਦੀ ਹੋਣੀ। ਜੈਸੀ ਉਹ ਮਾੜਾ ਜਿਹਾ ਦੇ ਤਾਂ ਆਪਣਾ ਕੀ ਕਹਿੰਦੇ ਆ ਖਲੋਦਾ ਫਿਰ ਤੂੰ ਹਲੇ ਉਹ ਵੈਸੇ ਇਸ ਵੀਡੀਓ ਨੂੰ ਵੇਖ ਕੇ ਤਾਂ ਇਹ ਹਿਸਾਬ ਲਗਾਇਆ ਜਾ ਸਕਦਾ ਕਿ ਜਿਹੜੀ ਕੁੜੀ ਦਾ ਵਿਆਹ ਖਾਨ ਸਾਹਿਬ ਦੇ ਨਾਲ ਹੋਏਗਾ ਉਹ ਬਹੁਤ ਜ਼ਿਆਦਾ ਖੁਸ਼ ਰਹੇਗੀ, ਕਿਉਂਕਿ ਖਾਨ ਸਾਹਿਬ ਉਹਨਾਂ ਦਾ ਘਰ ਗ੍ਰਹਿਸਤੀ ਦੇ ਵਿੱਚ ਪੂਰਾ ਹੱਥ ਵਟਾਉਣਗੇ। ਸੋ ਕਿਹੋ ਜਿਹੀ ਲੱਗੀ ਤੁਹਾਨੂੰ ਖਾਨ ਸਾਹਿਬ ਦੀ ਇਹ ਵੀਡੀਓ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ। ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।